ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਹਾਲ ਚਾਲ ਜੀ? ਠੀਕ ਠਾਕ ਹੋ? ਕਿਵੇਂ ਚੱਲ ਰਿਹਾ ਲੋਕਡਾਊਨ ਤੁਹਾਡਾ? ਮੈਂ ਦੇਖ ਰਿਹਾ ਚਾਰੇ ਪਾਸੇ ਅੱਜ ਕੱਲ ਕਲਾਕਾਰੀ ਕਲਾਕਾਰਾਂ ਦੇ ਪਿੱਛੇ ਪਏ ਹੋਏ ਨੇ, ਇਹੀ ਖਬਰਾਂ ਚੱਲਦੀਆਂ ਨੇ ਸਾਰੇ ਪਾਸੇ। ਸੋ ਮੇਰੀ ਰਿਕੁਐਸਟ ਹੈ ਸਾਰਿਆਂ ਨੂੰ, ਛੋਟਾ ਵੀਰ ਹੋਣ ਦੇ ਨਾਤੇ, ਕਿ ਪਲੀਜ਼ ਆਪਣਾ ਮਸਲਾ ਆਪ ਹੀ ਸੁਲਝਾ ਲਓ। ਇੱਕ ਦੂਜੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਬੋਲਣਾ ਚੰਗਾ ਨਹੀਂ ਲੱਗਦਾ ਹੈਗਾ। ਔਰ ਦੂਸਰਾ ਕੀ ਹੈ ਕਿ ਉੱਪਰ ਬਾਬਾ ਬੈਠਾ ਵਾ, ਸਭ ਨੂੰ ਉਹਨੇ ਹੀ ਦੇਣਾ ਵਾ, ਜਿਹਦੇ ਕਰਮਾਂ 'ਚ ਜਿੰਨਾ ਲਿਖਿਆ ਹੋਇਆ ਉਹਨੂੰ ਮਿਲ ਹੀ ਜਾਣਾ ਵਾ। ਸੋ ਮਿਹਰ ਕਰੂਗਾ ਬਾਬਾ, ਇੰਜੋਏ ਕਰੋ, ਚਿੱਲ ਮਾਰੋ, ਫਿੱਟ ਰਹੋ, ਤੰਦਰੁਸਤ ਰਹੋ। ਆਪਾਂ ਦੇਖੋ ਭਾਰ ਭੂਰ ਘਟਾ ਲਿਆ, ਆ ਪਿੱਛੇ ਭਾਨਾ ਅਤੇ ਭਾਨੇ ਦੀ ਸਹੇਲੀ ਬੈਠੇ ਆ, ਇਹ ਵੀ ਲੱਗੇ ਹੋਏ ਨੇ ਐਕਸਰਸਾਈਜ਼ਾਂ ਦੇ ਵਿੱਚ, ਘਟਾ ਲੈਣਗੇ ਛੇਤੀ। ਸੋ ਖਾਸ ਗੱਲ ਇਹ ਕਹਿਣੀ ਸੀ ਵੀ ਨਵਾਂ ਗਾਣਾ ਆਉਣਾ ਮੇਰਾ ਵਿਗੜ ਗਿਆ, ਆ 13 ਤਰੀਕ ਨੂੰ ਜਿਹੋ ਜਿਹੇ ਪੁਰਾਣੇ ਗੀਤ ਹੁੰਦੇ ਸੀ ਉਹ ਜਿਹਾ ਗੀਤ ਇੱਕ ਫੇਰ ਕੀਤਾ। ਹੋ ਜੱਟ ਕਦੇ ਮਾਰੇ ਨਾ ਝਰੀਟਾਂ ਵਲੀਏ, ਰੱਖ ਦਿੰਦਾ ਤੋੜ ਕੇ ਉੱਤੇ ਤੋਂ ਥੱਲੇ ਨੀ। ਸੋ 13 ਤਰੀਕ ਨੂੰ ਮਿਲਾਂਗੇ, ਧਿਆਨ ਰੱਖਿਓ ਆਪਣਾ, ਤੰਦਰੁਸਤ ਰਹੋ, ਵਾਹਿਗੁਰੂ ਕਿਰਪਾ ਕਰੂਗਾ। ਲੈ ਕੀ ਯਾਰ ਆਦਾ ਯਾਰ, ਨਹੀਂ ਯਾਰ ਇਹ ਕੀ ਆਇਆ ਤਾਂ ਮਤਲਬ ਦੇਖੋ, ਜੇ ਬੰਦੇ ਦਾ ਭਾਰ ਭੂਰ ਸੈੱਟ ਹੋਵੇ ਬੰਦਾ ਚੱਕ ਕੇ ਦਿਖਾ ਦੇਵੇ। ਹੁਣ ਦੇਖੋ ਭਾਰ ਸੈੱਟ ਦਾ ਮਤਲਬ ਆ ਹੈ, ਆ ਦੇਖ, ਆ ਦੇਖ ਵੀਰੇ, ਟੀ ਸ਼ਰਟ ਭਾਨੇ ਨੇ ਤੁਰ ਤੁਰ ਕੇ ਘਾਹ ਦੇ ਉੱਤੇ ਨਿਸ਼ਾਨ ਪਾਤੇ ਨੇ, ਦੱਬ ਤਾਂ ਦੱਬੇ ਨੇ, ਨਾਸ ਦਿੱਤਾ ਮਾਰ, ਭਾਨੇ ਭਾਰ ਘਟਿਆ ਦਿਖਾ, ਨਹੀਂ ਐ ਢਿੱਡ ਜਿਹਾ ਖਿੱਚ ਕੇ ਨਾ ਦਿਖਾ, ਫਿਰ ਟੀ ਸ਼ਰਟ ਚੱਕ ਕੇ ਦਿਖਾ। ਸੋ ਇਹਦੇ ਲਈ ਪ੍ਰਾਰਥਨਾ ਕਰੋ ਵੀ ਇਹਦਾ ਭਾਰ ਘੱਟ ਜੇ। ਸੋ ਲੱਗਿਆ ਹੋਇਆ ਜ਼ੋਰਾਂ ਸ਼ੋਰਾਂ ਦੇ ਉੱਤੇ। ਸੋ ਭਾਨਿਆ ਬਸ ਗਾਣਾ ਆਪਣਾ ਆਉਣੇ ਵਾਲਾ, ਹਾਂ ਜੱਟ ਕਦੇ ਮਾਰੇ ਨਾ ਚਰੀਟਾ। ਕੁਝ ਸਵਾਲ ਜ਼ਿੰਦਗੀ ਦੇ ਐਸੇ ਹੁੰਦੇ ਨੇ ਮਿੱਤਰਾ, ਜਿਨ੍ਹਾਂ ਦਾ ਜਵਾਬ ਬੰਦਾ ਨਹੀਂ ਵਕਤ ਦਿੰਦਾ ਹੈ। ਨਾ ਵੀ ਚੱਕ ਇਹ, ਆ ਦੇਖ, ਆ ਦੇਖ, ਆ ਦੇਖ, ਆ ਦੇਖ, ਹਾਂ ਦੇਖ, ਹਾਂ ਦੇਖ ਬਈ, ਇਹਨੂੰ ਇਹਨੂੰ ਪਤਾ ਨਹੀਂ ਕਿੰਨੀ ਸੈਰ ਕਰਦੇ ਨੂੰ ਕਿੰਨਾ ਟਾਈਮ ਹੋ ਗਿਆ, ਇਹਨੇ ਨਾਸ ਲਿਆ ਮਾਰ ਆਪਦਾ, ਭਾਰ ਹਾਲੇ ਤੱਕ ਨਹੀਂ ਘਟਾਇਆ ਗਿਆ ਮੁੰਡੇ ਦਾ, ਤੁਸੀਂ ਦੁਆਵਾਂ ਕਰ। ਉਹ ਨਾ ਬਾਜੀ ਖਾ ਜੀ, ਕਰਨਾ ਡੱਕਾ ਹੈ ਨਹੀਂ ਤੈਂ, ਲੈ ਭਾਨਾ ਜਿੱਦਣ ਦਾ ਖੇਡ ਰਿਹਾ ਕਿਸੇ ਵੀ ਦਿਨ ਨਹੀਂ ਇਹ ਜਿੱਤਿਆ, ਕਿਉਂ ਦੱਸ ਜਿੱਤਿਆ ਨਹੀਂ ਕੋਈ ਕਿਸ ਦਿਨ, ਹੈ ਇਹ ਹਮੇਸ਼ਾ ਹਾਰਦਾ ਹਮੇਸ਼ਾ, ਉਹ ਜਾ ਜਾ ਹਮੇਸ਼ਾ ਉਹੀ ਤਿਆਰੀਆਂ ਸ਼ਿਆਰੀਆਂ ਕਰੀ ਜਾਂਦਾ, ਕਦੇ ਵੀ ਇਹ ਜਿੱਤਿਆ ਨਹੀਂ ਜਿੱਦਣ ਦੀਆਂ ਗੇਮਾਂ ਲੱਗ ਰਹੀਆਂ ਨੇ। ਚੱਲ ਭਾਨੇ ਆ, ਅੱਜ ਤੇਰੀ ਰੇਲ ਬਣਾਉਣੀ ਆ। ਲਓ ਜੀ ਮੈਚ ਲੱਗਣ ਲੱਗਿਆ ਜੀ ਕ੍ਰਿਕਟ ਦਾ, ਆਹ ਦੇਖੋ ਭਾਨੇ ਦੀ ਰੇਲ ਦੇਣੀ ਅੱਜ ਬਣਾ ਛਿੱਕੇ ਚੌਕਿਆਂ ਦੇ ਨਾਲ, ਦੋ ਹੀ ਜਾਣੇ ਆ, ਸ਼ਾਇਦ ਬਲਜੀਤ ਭਾਅ ਜੀ ਆਉਣ, ਮੈਨੂੰ ਲੱਗਦਾ, ਪਤਾ ਨਹੀਂ, ਅੱਜ ਅਸੀਂ ਦੋ ਹੀ ਹਾਂ, ਇੱਕ ਕੁਛ ਐਡਿਟ ਕਰ ਰਹੇ ਨੇ ਬਲਜੀਤ ਭਾਅ ਜੀ। ਭਾਨੇ ਆ ਰਹੇ ਨੇ ਸੁਪਨੇ 'ਚ? ਹਾਂ ਫਿਰ ਸੁੱਤਾ ਰਹਿੰਦਾ ਨਾ, ਤੁਹਾਨੂੰ ਪਤਾ ਮੁੰਡਾ ਸੁੱਤਾ ਰਹਿੰਦਾ, ਅੱਜ ਕੱਲ੍ਹ ਇਹ ਸਲੀਪਿੰਗ ਮੈਨ ਘੱਟ ਵਾਕਿੰਗ ਮੈਨ ਜ਼ਿਆਦੇ ਆ, ਵਾਕਿੰਗ ਮੈਨ ਹੋ ਗਿਆ ਕਿਉਂਕਿ ਇਹ ਤੁਰਦਾ ਹੀ ਰਹਿੰਦਾ, ਤੁਹਾਨੂੰ ਮੈਂ ਦੱਸਿਆ ਵੀ ਆਹ ਘਾਹ ਇਹਨੇ ਐਨ ਥੱਲੇ ਕਰਤਾ। ਮੈਚ ਇੱਕ ਨਹੀਂ ਜਿੱਤਿਆ, ਨਿੰਬੂ ਪਾਣੀ ਦਾ ਜੱਗ ਕਿਹੜਾ ਜਿੱਤਿਆ, ਇੱਕ ਆ ਤੂੰ, ਤੇ ਫਿਰ ਵੀ ਹਾਰ ਰਹੇ ਹੋ, ਜਿੱਤ ਕਰਾਉਣ ਰਹੇ ਨੇ ਨਹੀਂ, ਫੜਾ ਮਾਰਦਾ ਜੀ 10 ਮਿੰਟ ਪਹਿਲਾਂ, ਨਾਸ ਦਿੱਤਾ ਮਾਰਨਾ ਦਾ ਨਾਸ, ਹੁਣ ਦੋਨੇ ਜਾਣੇ ਸ਼ਿਕੰਜਮੀਆਂ ਨੂੰ ਲੱਗੇ ਨੇ, ਉਹ ਸ਼ਿਕੰਜਮੀਆਂ ਪੀ ਕੇ ਕ੍ਰਿਕਟ ਦੋਨਾਂ ਖੇਡਿਆ ਜਾਂਦਾ, ਕੋਈ ਸਮਝਾਓ ਇਹਨਾਂ ਨੂੰ, ਚੱਕੇ ਨੇ ਗਲਾਸ ਹੋਈ, ਨਿੰਬੂ ਖਰਾਬ ਕਰਨ ਲੱਗੇ ਨੇ, ਐ ਨਹੀਂ ਗੱਲ ਬਣਨੀ, ਨਾ 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 ਮਤਲਬ ਨਹੀਂ ਬਣਦਾ, ਨਾ ਨਾ ਨਾ। ਬਾਕੀ ਦਾ ਅਪਡੇਟ ਦਿੰਦੇ ਹਾਂ ਤੁਹਾਨੂੰ ਥੋੜ੍ਹੀ ਦੇਰ ਬਾਅਦ। ਨਾਸ ਮਾਰਿਆ ਪੈ ਇਹਨਾਂ ਦਾ ਨਾਸ ਬੁਰੀ ਤਰੀਕੇ ਨਾਲ, ਭਾਨੇ ਨੇ ਬੈਟ ਬੁਰਾ ਹਾਲ ਕਰਤਾ, ਆਹ ਉਤੋਂ ਫਲਿੰਤਰੇ ਜਿਹੇ ਲਾਹਤੇ ਇਹਦੇ, ਪਤਾ ਨਹੀਂ ਕਿੱਦਾਂ, ਕਮਾਲ ਦੀ ਗੱਲ ਹੈ ਜੀ।